ਹਰਿਆਣੇ ਦੇ ਕਾਮ ਘਰ 'ਚ ਜੰਮੇ ਇਨਸਾਨ ਨੇ ਦਿੱਲੀ ਦਾ ਮੁੱਖ ਮੰਤਰੀ ਬਣਿਆ। ਹਰਿਆਣੇ ਵਾਲੇ ਲੋਕ ਕੋਈ ਕਸਰ ਨਾ ਛੱਡਣ। ਤੁਹਾਡੇ ਨਾਲ ਦਾ ਸੂਬਾ ਜਿਹਨੂੰ ਤੁਸੀਂ ਭਰਾ ਮੰਨਦੇ ਹੋ, ਪੰਜਾਬੀਆਂ ਨੇ ਵੀ ਉਹਨਾਂ ਦਾ ਹੀ ਮੁੱਖ ਮੰਤਰੀ ਬਣਾਇਆ ਜੀ, ਸਰਦਾਰ ਭਗਵੰਤ ਮਾਨ ਜੀ ਨੂੰ। ਹਰਿਆਣੇ ਵਾਲੇ ਕਿਸੇ ਗੱਲੋਂ ਪਿੱਛੇ ਨਾ ਰਹਿਣ। ਤੁਸੀਂ ਨਾ ਆਪਣੇ ਮੁੱਲ ਮੋੜਨਾ ਤੁਸੀਂ ਇਸ ਜਗ੍ਹਾ ਦਾ। ਮੈਂ ਕਹਿੰਦੀ ਹਾਂ ਵੋਟਾਂ ਆਮ ਆਦਮੀ ਪਾਰਟੀ ਨੂੰ ਨਹੀਂ, ਵੋਟਾਂ ਚੰਗੇ ਸਿਸਟਮ ਨੂੰ ਪਾਉਣੀਆਂ ਜੀ, ਵੋਟਾਂ ਚੰਗੀ ਰਾਜਨੀਤੀ ਨੂੰ ਪਾਉਣੀਆਂ, ਵੋਟਾਂ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਅਸੀਂ ਪਾਉਣੀਆਂ ਨੇ, ਆਮ ਘਰਾਂ 'ਚ ਉੱਠੇ ਹੋਏ। ਸੋ ਬੜਾ ਸਮਾਂ ਹੋ ਗਿਆ ਇੱਥੇ, ਅਸੀਂ ਕੁਛ ਗਰੰਟੀਆਂ ਜਿਹੜੀਆਂ ਅਰਵਿੰਦ ਕੇਜਰੀਵਾਲ ਜੀ ਨੇ ਹਰਿਆਣੇ ਵਾਸਤੇ ਦਿੱਤੀਆਂ ਨੇ। ਪਹਿਲੀ ਗਰੰਟੀ ਹੈਗੀ ਹੈ ਵੀ ਬਿਜਲੀ ਮੁਫਤ ਦਿੱਤੀ ਜਾਊਗੀ ਅਤੇ 24 ਘੰਟੇ ਆਊਗੀ। ਤੁਸੀਂ ਇਹਦਾ ਪੂਰਾ ਲਾਈਵ ਪੂਰਾ ਸਬੂਤ, ਸਰਕਾਰ 2.5 ਸਾਲ ਦੇ ਲਗਭਗ ਹੋ ਗਏ ਪੰਜਾਬ 'ਚ, ਬਿਜਲੀ ਫਰੀ ਹੈ, ਬਿਜਲੀ ਨਿਰਵਿਘਨ ਹੈ ਜੀ। ਦਿੱਲੀ 'ਚ ਬਿਜਲੀ ਫਰੀ ਹੈ ਅਤੇ ਨਿਰਵਿਘਨ ਆਉਂਦੀ ਹੈ ਜੀ, ਕਿਸਾਨਾਂ ਨੂੰ ਵੀ ਨਿਰਵਿਘਨ ਮਿਲਦੀ ਹੈ। ਨੰਬਰ 2 'ਤੇ ਹਸਪਤਾਲ ਠੀਕ ਕੀਤੇ ਜਾਣਗੇ, ਮੁਹੱਲਾ ਕਲੀਨਿਕ ਬਣਾਏ ਜਾਣਗੇ ਜੀ। ਪੰਜਾਬ ਦਾ ਦੌਰਾ ਕਰੋ, ਮੁਹੱਲਾ ਕਲੀਨਿਕਾਂ ਦਾ, ਹਸਪਤਾਲਾਂ ਦੇ ਹਾਲਾਤ ਕਿਤੇ ਬਿਹਤਰ ਨੇ। ਦਿੱਲੀ ਦੇ ਵਿੱਚ ਤਾਂ ਸਮਾਂ ਜ਼ਿਆਦਾ ਹੋ ਗਿਆ, 3 ਵਾਰ ਮੁੱਖ ਮੰਤਰੀ ਬਣੇ ਨੇ, ਦਿੱਲੀ ਦੇ ਹਸਪਤਾਲਾਂ ਦੀ ਚਰਚਾ ਤਾਂ ਜੀ ਵਿਦੇਸ਼ਾਂ ਦੇ ਅਖਬਾਰਾਂ 'ਚ ਵੀ ਹੁੰਦੀ ਹੈ, ਅਮਰੀਕਾ ਵੀ ਕਹਿੰਦਾ ਵੀ ਆਹ ਕੀ ਕੀਤਾ ਹੋਇਆ, ਕਿਉਂਕਿ ਜੇ ਬੰਦੇ ਦੀ ਨੀਤ ਹੋਵੇ ਸਭ ਕੁਛ ਹੋ ਜਾਂਦਾ। ਇੱਥੇ ਹਸਪਤਾਲਾਂ ਨੂੰ ਚੰਗਾ ਬਣਾਇਆ ਜਾਊਗਾ, ਜਿੱਥੇ ਤੁਸੀਂ ਇਲਾਜ ਕਰਵਾ ਸਕੋ। ਹਰ ਸ਼ਹਿਰ ਹਰ ਪਿੰਡ ਦੇ ਵਿੱਚ ਮੁਹੱਲਾ ਕਲੀਨਿਕ ਤਿਆਰ ਕਰਕੇ ਦਿੱਤਾ ਜਾਊਗਾ ਜੀ, ਦਿੱਲੀ ਅਤੇ ਪੰਜਾਬ ਵਾਂਗ। ਤੀਜੀ ਗਰੰਟੀ ਸਕੂਲਾਂ ਦੀ, ਸਕੂਲਾਂ ਨੂੰ ਜਵਾਕ ਪੜ੍ਹਨਗੇ ਤਾਂ ਸਮਾਜ ਦੇ ਵਿੱਚ ਕੁਛ ਬਣਨਗੇ, ਪੜ੍ਹਿਆ ਲਿਖਿਆ ਸਮਾਜ ਹੀ ਅੱਗੇ ਜਾਂਦਾ। ਸਕੂਲਾਂ ਦੀ ਹਾਲਤ ਨੂੰ ਬਿਹਤਰੀਨ ਕੀਤਾ ਜਾਊਗਾ। ਸਕੂਲ ਆਫ ਐਮੀਨੈਂਸ, 117 ਸਕੂਲ ਆਫ ਐਮੀਨੈਂਸ ਪੰਜਾਬ ਦੇ ਵਿੱਚ ਉਹਨਾਂ ਦਾ ਕੰਮ ਸ਼ੁਰੂ ਹੋ ਗਿਆ ਜੀ, ਦਿੱਲੀ 'ਚ ਚੱਲ ਰਹੇ ਨੇ। ਚੌਥੀ ਗਰੰਟੀ ਮਹਿਲਾਵਾਂ ਨੂੰ, ਭੈਣਾਂ ਨੂੰ, ਜਿੱਦਾਂ ਗਰੰਟੀ ਆਪ ਅਗਲੀ ਗਰੰਟੀ ਪੰਜਾਬ 'ਚ ਇਹੀ ਆ ਰਹੀ ਹੈ, ਮਹਿਲਾਵਾਂ ਨੂੰ 1-1 ਹਜ਼ਾਰ, ਅਸੀਂ ਉਹ 1100 ਰੁਪਈਆ ਕਰ ਦਿੱਤਾ ਪੰਜਾਬ 'ਚ, ਮਹਿਲਾਵਾਂ ਨੂੰ ਦਿੱਤਾ ਜਾਊਗਾ। ਬੇਰੁਜ਼ਗਾਰੀ ਖਤਮ ਕਰ ਦਿੱਤੀ ਜਾਊਗੀ ਜੀ, ਹਰ ਕੋਸ਼ਿਸ਼। ਪੰਜਾਬ ਦੇ ਵਿੱਚ ਮਹਿਜ 2.5 ਸਾਲਾਂ 'ਚ 50,000 ਦੇ ਲਗਭਗ ਅਸੀਂ ਨੌਕਰੀਆਂ ਦੇ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਨੇ ਜੀ, ਹਲੇ ਰਫਤਾਰ ਹੋਰ ਤੇਜ਼ ਕਰ ਰਹੇ ਹਾਂ। ਮੇਰੇ ਕੋਲ ਪੰਜਾਬ 'ਚ ਇੰਡਸਟਰੀ ਵਿਭਾਗ ਹੈ, ਇੰਡਸਟਰੀ ਦਾ ਡਿਪਾਰਟਮੈਂਟ, ਹਜ਼ਾਰਾਂ ਕਰੋੜਾਂ ਦੀ, 50,000 ਕਰੋੜ ਰੁਪਈਆ ਸੀ ਪੰਜਾਬ 'ਚ ਸਿਰਫ 2 ਸਾਲਾਂ 'ਚ ਲੈ ਕੇ ਆਏ ਜੀ ਇੰਡਸਟਰੀ ਦਾ, ਜਿਹਦੇ ਨਾਲ 3.5 ਲੱਖ ਨੌਕਰੀਆਂ ਪੈਦਾ ਹੋਣਗੀਆਂ। ਇਹ ਗੱਲਾਂ ਧਿਆਨ ਨਾਲ ਸੁਣਨ ਵਾਲੀਆਂ ਜੀ, ਇੰਡਸਟਰੀ ਇੰਡਸਟਰੀ ਦੇ ਵਿੱਚ, ਕਿਉਂਕਿ ਸਾਰੀਆਂ ਨੌਕਰੀਆਂ ਇਕੱਲੀਆਂ ਸਰਕਾਰ ਨਹੀਂ, ਪ੍ਰਾਈਵੇਟ ਨੌਕਰੀਆਂ ਵੀ ਪੈਦਾ ਹੁੰਦੀਆਂ ਨੇ। ਸੋ ਮਹਿਲਾਵਾਂ ਲਈ, ਬਜ਼ੁਰਗਾਂ ਲਈ, ਵਪਾਰੀਆਂ ਲਈ, ਸਾਰਿਆਂ ਲਈ ਜਿਹੜੀਆਂ ਸਰਕਾਰ ਦੇ, ਹਰ ਛੋਟੇ ਵਰਗ ਲਈ, ਦੁਕਾਨਦਾਰ ਲਈ ਸਰਕਾਰ ਦੇ ਵੱਖੋ ਵੱਖ ਪਲੈਨ ਨੇ ਜੀ। ਮੈਂ ਮੇਰੇ ਹਰਿਆਣਾ ਕੇ ਭਾਈਓਂ ਕੋ ਔਰ ਮੇਰੇ ਪੰਜਾਬੀਓਂ ਕੋ ਇੱਕ ਹੀ ਬਾਤ ਬੋਲੂੰਗੀ ਕਿ ਸਮਾਂ ਆ ਗਿਆ ਹੈ, ਬਦਲਣਾ ਹੈ। ਅਰਵਿੰਦ ਕੇਜਰੀਵਾਲ ਜੀ ਜੇਲ੍ਹ ਮੇ ਹੈ, ਦੇਸ਼ ਕੇ ਸਭਸੇ ਇਮਾਨਦਾਰ ਮੁੱਖੇ ਮੰਤਰੀ ਇਮਾਨਦਾਰੀ ਕੀ ਵਜ੍ਹਾ ਸੇ ਜੇਲ੍ਹ ਮੇ ਹੈ, ਔਰ ਹਰਿਆਣਾ ਕੇ ਬੇਟੇ ਹੈ। ਏਕ ਏਕ ਵੋਟ, ਏਕ ਏਕ ਗਲੀ ਛਾਨ ਦੇਣਾ,
कि वोट इस बार एक एक झाड़ू को पड़नी चाहिए। मुझे आश्वासन दीजिए कि ईमानदारी को वोट पड़ेगी, बदला लिया जाएगा, जेल का बदला वोट से लिया जाएगा। सत्य खबर, सत्य सटीक बेबाक।